ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਜੀ, ਆਲ ਰਾਈਟਸ ਆਰ ਰਿਜ਼ਰਵਡ ਬਾਈ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਆਫੀਸ਼ੀਅਲ ਐਂਡ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ। ਕੀਪ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਐਂਡ ਲਾਈਕ ਅਵਰ ਫੇਸਬੁੱਕ ਪੇਜ। ਅਤੇ ਆਪਾਂ ਅੱਜ ਪਹੁੰਚੇ ਸੀ ਗੁਰਦੁਆਰਾ ਸ੍ਰੀ ਜਨਮ ਅਸਥਾਨ। ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਵਿੱਚ ਅੱਜ ਸੈਲੀਬ੍ਰੇਸ਼ਨ ਚੱਲ ਰਹੀਆਂ ਨੇ, ਤਾਰੀਖੀ ਸੈਲੀਬ੍ਰੇਸ਼ਨਸ ਨੇ। ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਦੇ ਹਵਾਲੇ ਦੇ ਨਾਲ ਦੁਨੀਆ ਜਗਤ ਸੰਗਤ ਜਿਹੜੀ ਹੈ ਹੁਮ ਹੁਮਾ ਕੇ ਪਹੁੰਚੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ ਬਾਬਾ ਨਾਨਕ ਦੇ ਘਰ। ਠੀਕ ਹੈ ਜੀ, ਇੰਨਾ ਵੱਡਾ ਗੁਰੂ ਘਰ ਹੈ, ਲੇਕਿਨ ਉਹਦੇ 'ਚ ਵੀ ਅੱਜ ਪੈਰ ਰੱਖਣ ਨੂੰ ਥਾਂ ਨਹੀਂ ਹੈਗਾ। ਇੰਨੀਆਂ ਸੰਗਤਾਂ ਖੁਸ਼ੀ ਨਾਲ ਨਿਹਾਲ ਨੇ ਔਰ ਪੂਰੀ ਦੁਨੀਆ ਦੇ ਉੱਤੋਂ ਪਹੁੰਚੀਆਂ ਹੋਈਆਂ ਨੇ। ਆਪਾਂ ਸਾਰੇ ਵੀਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਜੀ ਇੱਕ ਸਾਈਡ ਤੋਂ ਖੜ੍ਹੇ ਹੋ ਕੇ, ਔਰ ਸਾਰੇ ਵੀਰ ਆਪਣੀ ਆਪਣਾ ਜਿਹੜਾ ਛੋਟਾ ਛੋਟਾ ਮੈਸੇਜ ਹੈ ਉਹ ਰਿਕਾਰਡ ਕਰਵਾਉਂਦੇ ਚੱਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮੇਰਾ ਨਾਮ ਹੈ ਬਲਵੀਰ ਸਿੰਘ ਬੈਂਸ, ਮੈਂ ਸਿੱਖ ਰਿਲੀਫ ਚੈਰਿਟੀ ਜੋ UK ਦੇ ਵਿੱਚ ਰਜਿਸਟ੍ਰੇਸ਼ਨ ਹੈ, ਜੋ ਕਿ ਸਾਡੇ ਭਾਰਤ ਦੇ ਵਿੱਚ ਜੋ ਨਜ਼ਰਬੰਦ ਬੰਦੀ ਹਨ ਉਹਨਾਂ ਦੀ ਅਸੀਂ ਕਾਨੂੰਨੀ ਕਾਰਵਾਈ ਪੈਰਵਾਈ ਕਰਦੇ ਹਾਂ, ਉਹਨਾਂ ਦੀ ਪਰਿਵਾਰਾਂ ਦੀ ਦੇਖਭਾਲ ਕਰਦੇ ਹਾਂ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਦੇ ਭੈਣ ਭਰਾਵਾਂ ਦੇ ਵਿਆਹ ਸ਼ਾਦੀਆਂ, ਘਰ ਦੀ ਮੁਰੰਮਤ ਹੋਰ ਵਗੈਰਾ, ਅਤੇ ਰਿਹਾਈ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਉਹਨਾਂ ਦਾ ਕੋਈ ਬਿਜ਼ਨਸ ਸੈੱਟ ਕਰਕੇ ਦਿੰਦੇ ਹਾਂ। ਅਤੇ ਸਾਨੂੰ ਅੱਜ ਬੜੀ ਖੁਸ਼ੀ ਦਾ ਮਹਿਸੂਸ ਹੋ ਰਿਹਾ ਹੈਗਾ ਵੀ ਬਾਬਾ ਨਾਨਕ ਦੀ ਧਰਤੀ 'ਤੇ ਪਾਕਿਸਤਾਨ ਦੇ ਵਿੱਚ ਜੋ ਸਾਨੂੰ ਇੱਥੇ ਜੋ ਸਵਾਗਤ ਕੀਤਾ ਗਿਆ ਹੈ, ਔਰ ਖਾਸ ਕਰਕੇ ਜੋ ਕਰਤਾਰਪੁਰ ਲਾਂਘਾ ਜੋ ਇਮਰਾਨ ਖਾਨ ਅਤੇ ਹੋਰ ਸੱਜਣ਋ਾਂ ਨੇ ਬਹੁਤ ਇੱਥੇ ਦੀ ਪਾਕਿਸਤਾਨ ਦੀ ਗਵਰਨਮੈਂਟ ਨੇ ਉਪਰਾਲਾ ਕਰਕੇ ਖੋਲ੍ਹਿਆ ਹੈ, ਅਸੀਂ ਉਹਦੇ ਧੰਨਵਾਦ ਵੀ ਕਰਦੇ ਹਾਂ ਅਤੇ ਅਸੀਂ ਆਪਣੇ ਵੱਲੋਂ ਦੁਆ ਕਰਦੇ ਹਾਂ ਅੱਲਾਹ ਤਾਲਾ ਕੋਲ ਵੀ ਪਾਕਿਸਤਾਨ ਨੂੰ ਬਹੁਤ ਚੜ੍ਹਦੀ ਕਲਾ ਰੱਖੇ। ਅਤੇ ਅਸੀਂ ਇੱਕ ਪਿਆਰ ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ, ਸਾਡਾ ਇਹ ਪੰਜਾਬ ਹੈ, ਪਹਿਲਾ ਪੰਜਾਬ, ਅਸੀਂ ਇੱਥੇ ਪੰਜਾਬ ਤੋਂ, ਇਹ ਸਾਡਾ ਵੀ ਇੱਥੇ, ਸਾਡਾ ਮਹਾਰਾਜੇ ਮਹਾਰਣਜੀਤ ਸਿੰਘ ਸਾਡੀਆਂ ਮਿਸਲਾਂ ਇੱਥੇ ਇੱਕ ਟਾਈਮ 'ਤੇ ਲਾਹੌਰ ਦੇ ਵਿੱਚ ਰਾਜ ਕਰਦੇ ਸਨ। ਅਤੇ ਸਾਨੂੰ ਬੜੀ ਖੁਸ਼ੀ ਆ ਅਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਆਪਣੇ ਸਾਡਾ ਆਲਾ ਆਪਣੇ ਜਿਹੜਾ ਹੈਗਾ ਮੀਡੀਆ ਵੱਲੋਂ। ਅਤੇ ਮੈਂ ਹੁਣ ਪਾਸ ਔਨ ਕਰਨਾ ਜੀ, ਤੁਸੀਂ ਗੱਲ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇੱਥੇ ਸਾਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਰਾ ਹੀ ਸਿੱਖ ਜਨਤਾ, ਸਿੱਖ ਆਵਾਮ, ਜਿਹੜਾ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਅਤੇ ਇੱਥੋਂ ਦੇ ਆਵਾਮ, ਇੱਥੋਂ ਦੀ ਹਕੂਮਤ 'ਤੇ ਬਹੁਤ ਜ਼ਿਆਦਾ ਰੋਮ ਰੋਮ ਰਿਣੀ ਹੈ ਕਿ ਜਿਨ੍ਹਾਂ ਨੇ ਸਿੱਖ ਸੰਗਤਾਂ ਦੀਆਂ ਕਾਫ਼ੀ ਲੰਬੇ ਸਮੇਂ ਤੋਂ ਹੋ ਰਹੀਆਂ ਅਰਦਾਸਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੂਰਾ ਕੀਤਾ ਹੈ। ਅਤੇ ਇਸ ਪੁਰਬ ਅਵਤਾਰ ਪੁਰਬ 'ਤੇ ਸਾਰੇ ਆਵਾਮ ਨੂੰ, ਸਾਰੀ ਲੋਕਾਈ ਨੂੰ ਲੱਖ ਲੱਖ ਵਧਾਈ ਹੋਏ ਜੀ। ਦਾਸ ਸਤਨਾਮ ਸਿੰਘ, ਪੰਜ ਪਿਆਰੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੇਵਾ ਨਿਭਾਉਂਦੇ ਰਹੇ ਹਨ, ਉਹਨਾਂ ਵਿੱਚੋਂ ਹੈ। ਨਾਲ ਹੀ ਭਾਈ ਤਰਲੋਕ ਸਿੰਘ ਜੀ ਵੀ ਆਏ ਹੋਏ ਹਨ, ਹੁਣ ਭਾਈ ਡਾਕਟਰ ਬਲਜਿੰਦਰ ਸਿੰਘ ਜੀ ਆਪ ਜੀ ਨੂੰ ਵਧਾਈਆਂ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਫੈਸਰ ਬਲਜਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਹੋਈ ਜਿਹੜੀ 21 ਮੈਂਬਰੀ ਕਮੇਟੀ ਹੈ ਉਹਦਾ ਮੈਂ ਮੈਂਬਰ ਹਾਂ। ਜਥੇਦਾਰ ਸਾਹਿਬ ਵੱਲੋਂ ਸਮੁੱਚੇ ਸਿੱਖ ਜਗਤ ਨੂੰ, ਸਮੁੱਚੀ ਮਾਨਵਤਾ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਅਵਤਾਰ ਦਿਹਾੜੇ ਦੇ ਉੱਤੇ ਉਹਨਾਂ ਵੱਲੋਂ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈਆਂ ਨੇ। ਅੱਜ ਸਾਨੂੰ 12-13 ਦਿਨ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਹੋ ਗਏ ਨੇ। ਜਦੋਂ ਦੇ ਅਸੀਂ ਇੱਥੇ ਆਏ ਹਾਂ, ਅਸੀਂ ਨੋਟ ਕੀਤਾ ਹੈ ਕਿ ਇੱਥੇ ਜਿੱਥੇ ਜਿੱਥੇ ਅਸੀਂ ਗਏ ਹਾਂ, ਅਮਨ ਅਤੇ ਸ਼ਾਂਤੀ ਅਤੇ ਮੁਹੱਬਤ ਇਹਨਾਂ ਲੋਕਾਂ ਦੇ ਵਿੱਚ, ਪਾਕਿਸਤਾਨ ਦੇ ਆਵਾਮ ਦੇ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਜੇਕਰ ਮੈਂ ਇਹ ਕਹਾਂ ਕਿ ਹਿੰਦੁਸਤਾਨ ਟਾਈਮ ਦੇ ਪੱਖੋਂ ਅੱਧਾ ਘੰਟਾ ਅੱਗੇ ਹੈ, ਅਤੇ ਮੁਹੱਬਤ ਦੇ ਪੱਖੋਂ ਪਾਕਿਸਤਾਨ ਜਿਹੜਾ ਹੈ ਬਹੁਤ ਜ਼ਿਆਦਾ ਅੱਗੇ ਹੈ। ਇੱਥੇ ਦੇ ਲੋਕ ਸਿੱਖਾਂ ਨਾਲ, ਮਨੁੱਖਤਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਔਰ ਜਿਹੜਾ ਇੱਥੇ ਬੰਦੋਬਸਤ 550 ਸਾਲਾਂ ਦੇ ਉੱਤੇ ਕੀਤਾ ਗਿਆ ਹੈ, ਉਹਦੇ ਵਾਸਤੇ ਇਮਰਾਨ ਖਾਨ, ਉਹਨਾਂ ਦੀ ਸਮੁੱਚੀ ਟੀਮ ਅਤੇ ਪਾਕਿਸਤਾਨ ਦੀ ਸਮੁੱਚੀ ਸਰਕਾਰ ਇਹ ਵਧਾਈ ਦੀ ਪਾਤਰ ਹੈ। ਜਿਸ ਤਰੀਕੇ ਦੇ ਨਾਲ ਅੱਜ ਅਸੀਂ ਨਗਰ ਕੀਰਤਨ 'ਤੇ ਇੱਥੇ ਸ਼ਾਮਿਲ ਹੋਏ ਹਾਂ, ਲੱਗਦਾ ਹੈ
लोग कहते हैं कि पाकिस्तान एक दहशतगर्द मुल्क है, लेकिन इत्थे विचर के 12-13 दिनों के सानू ये पता लग्या कि इत्थे टोटल अमन अते शांति है। इत्थे दा मुल्क जिहड़ा है इस्लामिक मुल्क होने के बावजूद भी ये जिहड़ियां माइनोरिटीज़ के धर्म ने इन्हां दा पूरा इत्थे सत्कार, उन्हां दीआं भावनावां दा पूरा सत्कार, उन्हां दे जिहड़े गुरपुरब ने उन्हां दा बहुत सत्कार अते नाल दे नाल गुरधामां दा जिहड़ा प्रबंध है ये इत्थे बड़ा आला किस्म दा प्रबंध किया गया है। तो इस करके मैं पाकिस्तान दी सिख गुरद्वारा प्रबंधक कमेटी इत्थे दे वक्फ बोर्ड पाकिस्तान सरकार नूं ये वधाई दिंदा हाँ कि उन्होंने इस मौके दे उत्ते बहुत ही आला प्रबंध करके सिख संगतां दे वास्ते बड़ा कंफर्टेबल सारा अरेंजमेंट जिहड़ा है वो कीता हैगा है। तो लोड़ है अज गुरु नानक पातशाह दे अमन शांति अते विश्व भाईचारे दे पैगाम नूं समुची लोकाई तक पहुँचाण दी, जिहदे नाल कि किसी नूं भी कोई ऐसा शिकायत बेइंसाफी दी गल खत्म हो जावे अते इंसाफ जिहड़ा है वो सारिआं नूं मिले। इन्हां शब्दां नाल ही समुची मानवता नूं बहुत बहुत वधाई। वाहिगुरु जी का खालसा, वाहिगुरु जी की फतेह। ਸੋ ਸ੍ਰੀ ਅਕਾਲ, ਸੋ ਸ੍ਰੀ ਅਕਾਲ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜੋ ਕਿ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਨਜ਼ਰਬੰਦ ਨੇ ਇਸ ਸਮੇਂ, ਉਹ ਹਮੇਸ਼ਾ ਹੀ ਸਮੁੱਚੀ ਮਾਨਵਤਾ ਲਈ, ਸਿੱਖ ਭਾਈਚਾਰੇ ਲਈ ਅਤੇ ਗੁਰਪੁਰਬ ਜਿਹੜਾ 550 ਸਾਲਾਂ ਮਨਾਇਆ ਜਾ ਰਿਹਾ ਹੈ ਉਹਦੇ ਵਾਸਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਸਤੇ ਸਾਰਿਆਂ ਲਈ ਅਰਦਾਸ ਕਰਦੇ ਨੇ। ਉਹ ਆਪ ਖੁਦ ਚੜ੍ਹਦੀ ਕਲਾ ਵਾਲੇ ਇੱਕ ਜੁਝਾਰੂ ਸਿੰਘ ਨੇ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਹ ਪੈਗਾਮ ਹੈ, ਸੁਨੇਹਾ ਹੈ ਕਿ ਸਮੁੱਚਾ ਮਾਨਵਤਾ ਜਿਹੜੀ ਹੈ ਉਹ ਨਾਮ ਜਪੇ, ਕਿਰਤ ਕਰੇ ਅਤੇ ਵੰਡ ਕੇ ਛੱਕੇ। ਗੁਰੂ ਨਾਨਕ ਪਾਤਸ਼ਾਹ ਦਾ ਇਹ ਪੈਗਾਮ ਸਮੁੱਚੀ ਲੋਕਾਈ ਤੱਕ ਜਾਣਾ ਚਾਹੀਦਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਇਹ ਸੁਨੇਹਾ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਵੱਲੋਂ ਮੈਸੇਜ ਸੀਗਾ, ਜਗਤਾਰ ਸਿੰਘ ਹਵਾਰਾ ਜੀ ਜਿਹੜੇ ਨੇ ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, ਅਸੀਂ ਵੀ ਦੁਆ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਔਰ ਉਹਨਾਂ ਨੂੰ ਆਜ਼ਾਦੀ ਨਸੀਬ ਹੋਵੇ। ਔਰ ਇਹੀ ਕਹਾਂਗਾ ਕਿ ਸਰਬੱਤ ਦਾ ਭਲਾ, ਅੱਜ ਇੰਨਾ ਵੱਡਾ ਦਿਨ ਹੈ, ਤੁਸੀਂ ਵੀ ਔਰ ਅਸੀਂ ਵੀ ਰਲ ਕੇ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਔਰ ਉਹ ਬਰੀ ਹੋ ਕੇ ਆਪਣੇ ਪਰਿਵਾਰ 'ਚ ਵਾਪਸ ਆਉਣ ਔਰ ਆਪਣਾ ਜੋ ਉਹਨਾਂ ਦਾ ਕਾਰਜ ਹੈ, ਇੱਕ ਚੰਗਾ ਕਾਰਜ ਕਰ ਰਹੇ ਸਨ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਦਾ। ਜਦੋਂ ਮੈਂ 2016 ਦੇ ਵਿੱਚ ਮੈਂ ਗਿਆ ਅਤੇ ਸਰਬੱਤ ਖਾਲਸਾ ਜਿਹੜੀ ਮੀਟਿੰਗ ਦੀ ਕਾਲ ਸੀ ਉਹਨੂੰ ਖਰਾਬ ਕੀਤਾ ਗਿਆ। ਫਿਰ ਆਪਾਂ ਸਟੋਕਟਨ ਗੁਰੂ ਘਰ ਜਿਹੜੇ ਵੀਰ ਸਨ ਉਹਨਾਂ ਦੇ ਰਾਹੀਂ ਮੈਸੇਜ ਵੀ ਦਿੱਤਾ ਸੀ, ਮੈਨੂੰ ਯਾਦ ਹੈ। ਔਰ ਅੱਜ ਆਪਾਂ ਬਾਬਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਉੱਤੇ ਇਹੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਿਸ਼ਨ ਸੀ, ਰੱਬ ਕਰੇ ਉਹ ਪੂਰਾ ਹੋਵੇ। ਨਾਲ ਦੇ ਨਾਲ ਜਿਹੜੇ ਵੱਖ ਵੱਖ ਜੇਲ੍ਹਾਂ ਦੇ ਵਿੱਚ, ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ 2-3 ਦਹਾਕਿਆਂ ਤੋਂ ਜਿਹੜੇ ਸਿੰਘ ਜੇਲ੍ਹਾਂ ਵਿੱਚ ਹੈਗੇ ਨੇ, ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਗੁਰੂ ਕਿਰਪਾ ਕਰੇ ਅਸੀਂ ਗੁਰੂ ਨਾਨਕ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸਮੁੱਚੇ ਸਿੰਘਾਂ ਦੀ ਜਿਹੜੀ ਹੈ ਭਾਰਤ ਦੀਆਂ ਜੇਲ੍ਹਾਂ 'ਚੋਂ ਰਿਹਾਈਆਂ ਹੋਣ, ਜਿਹਦੇ ਨਾਲ ਕਿ ਉਹ ਆਪਣੇ ਪਰਿਵਾਰਾਂ ਵਿੱਚ ਆ ਕਰਕੇ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਜਿਹੜਾ ਹੈ ਉਹ ਮਨਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਿਚਾਰ ਸਨ ਭਾਈ ਸਾਹਿਬ ਦੇ, ਲੇਕਿਨ ਫਿਰ ਇੱਕ ਵਾਰੀ ਦੱਸਦਾ ਚੱਲਾਂ ਕਿ ਇਹ ਵਿਚਾਰ ਜਿਹੜੇ ਨੇ ਗੁਰੂ ਸੰਗਤ ਦੇ ਨੇ, ਨਾ ਕਿ ਚੈਨਲ ਦੇ ਵਿਚਾਰ ਨੇ। ਇਹ ਸਿਰਫ ਆਈਆਂ ਹੋਈਆਂ ਜਿਹੜੀਆਂ ਸੰਗਤਾਂ ਨੇ, ਇਹ ਉਹਨਾਂ ਦੇ ਵਿਚਾਰ ਨੇ ਔਰ ਉਹਨਾਂ ਦੇ ਆਪਣੇ ਕਹਿ ਲਵੋ ਤੁਸੀਂ ਕਿ ਭਾਵਨਾਵਾਂ ਨੇ। ਅਸੀਂ ਸਿਰਫ ਇੱਕ ਮੈਸੇਜ ਪਹੁੰਚਾਉਣ ਦਾ ਇੱਕ ਬਹਾਨਾ ਬਣ ਰਹੇ ਹਾਂ। ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ, ਔਰ ਆਪਾਂ ਅਸੀਂ ਲੈ ਕੇ ਪਹੁੰਚੇ ਸੀ 550 ਸਾਲਾ ਗੁਰਪੁਰਬ ਦੀ ਜਿਹੜੀ ਸੈਲੀਬ੍ਰੇਸ਼ਨਸ ਨੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਸੰਗਤਾਂ ਆਈਆਂ ਹੋਈਆਂ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਲਵੀਰ ਸਿੰਘ USA ਤੋਂ। ਸੋ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਹਨਾਂ ਦੀਆਂ ਵੀਡੀਓ ਦੇਖ ਦੇਖ ਕੇ ਅੱਜ ਸੱਚੀ ਮੁੱਚੀ ਸਾਨੂੰ ਪਾਕਿਸਤਾਨ ਦੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਹੋਏ। ਸੋ ਅੱਜ ਪਾਵਨ ਪਵਿੱਤਰ ਅਸਥਾਨ
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ 'ਤੇ ਜੋ ਸ੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਹੈ ਉਸ ਜਗ੍ਹਾ 'ਤੇ ਸਾਨੂੰ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਸੋ ਸਾਡੇ ਨਾਲ ਜਿੰਨੇ ਵੀ ਸੰਗਤ ਰੂਪ ਦੇ ਅੰਦਰ ਗੁਰੂ ਦੇ ਸਿੱਖ ਮਾਈ ਭਾਈ ਪਹੁੰਚੇ ਨੇ, ਮੈਂ ਸਾਰਿਆਂ ਵੱਲੋਂ ਇਹ ਭਾਈ ਸਾਹਿਬ ਬਾਬਾ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਹ ਇੰਨੀ ਮਿਹਨਤ ਕੀਤੀ ਗੁਰਦੁਆਰਿਆਂ 'ਤੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਜਿਹੜੇ ਅਸਥਾਨ ਆਬਾਦ ਨੇ ਜਾਂ ਇਸ ਵੇਲੇ ਬੰਦ ਵੀ ਨੇ, ਉਹਨਾਂ ਦੀ ਸਾਰਿਆਂ ਦੀ ਵੀਡੀਓਗ੍ਰਾਫੀ ਕਰਕੇ ਸਾਨੂੰ ਐਸੀ ਜਾਣਕਾਰੀ ਦਿੱਤੀ ਕਿ ਸਾਡਾ ਦਿਲ ਕੀਤਾ ਅਸੀਂ ਉਹਨਾਂ ਅਸਥਾਨਾਂ 'ਤੇ ਜਾ ਕੇ ਮਹਾਰਾਜ ਸਾਹਿਬ ਜੀ ਦੇ ਚਰਨ ਪਰਸੀਏ, ਸੱਚੀ ਮੁੱਚੀ ਇਹਨਾਂ ਦੇ ਇਹ ਪਾਵਨ ਪਵਿੱਤਰ ਅਸਥਾਨਾਂ ਦੀ ਵੀਡੀਓਗ੍ਰਾਫੀ ਦੇ ਨਾਲ ਸਿੱਖ ਸੰਗਤਾਂ ਦੇ ਅੰਦਰ ਬੜਾ ਚਾਅ ਅਤੇ ਖਿੱਚ ਪੈਦਾ ਹੋਈ, ਜਿਸ ਕਰਕੇ ਸਾਨੂੰ ਵੀ ਅੱਜ ਇਹ ਗੁਰੂ ਕੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੋ ਮੈਂ ਅੰਧੇ ਵਿੱਚ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ 'ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਤੇ ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।